ਹੋਗੇ ਤੇ ਖਾਂ ਦੇ ਨਾਰੇ ਦੀ ਧਰਤੀ ਨਾਲ ਜਨਮ ਵਾਲੀ ਧਰਤੀ ਮਲੇਰ ਪੁੱਟਨੇ ਵਿਖੇ ਆਉਣ ਤੇ ਤੈ ਦਿਨੋਂ ਜੀ ਆਇਆਂ ਨੂੰ ਆਖਦਾ ਹਾਂ ਅੱਜ ਮੈਂ ਇਸ ਖੁਸ਼ੀਆਂ ਭਰੇ ਤਿਉਹਾਰ ਦੇ ਮੌਕੇ ਤੇ ਭਾਰਤ ਦੇ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਕੁਮਾਰ ਮੋਦੀ ਜੀ ਤੋਂ ਵੀ ਇਹ ਆਸ ਕਰਦਾ ਕਿ ਆਪਣੇ ਵੱਡਾ ਦਿਲ ਕਰਦੇ ਹੋਏ ਭਾਰਤ ਵਿੱਚ ਰਹਿਣ ਵਾਲੇ ਤਮਾਮ ਭਾਈਚਾਰੇ ਲਈ ਇੱਕ ਮੁੱਖ ਹੋ ਕੇ ਭਰਾਵਾਂ ਵਾਂਗ ਰਹਿਣ ਵਾਸਤੇ ਦੁਆ ਕਰਨ ਲਈ ਕਹਿੰਦਾ ਹਾਂ ਮੈਂ ਭਾਰਤ ਦੇ ਪ੍ਰਧਾਨ ਮੰਤਰੀ ਨੂੰ ਇਸ ਪਵਿੱਤਰ ਮੌਕੇ ਤੇ ਉਹ ਜ਼ੋਰ ਬੇਨਤੀ ਕਰਦਾ ਹਾਂ ਕਿ ਕਿਸੇ ਵੀ ਸੂਬੇ ਨੂੰ ਪਿਆਰ ਕਰਨ ਦੇ ਲਈ ਉਹ ਸੂਬੇ ਵਾਸੀਆਂ ਦੇ ਨਾਲ ਪਿਆਰ ਕਰਨ ਜਿਸ ਤਰ੍ਹਾਂ ਕਿ ਕਸ਼ਮੀਰ ਨੂੰ ਅਗਰ ਅਸੀਂ ਚਾਹੁੰਦੇ ਹਾਂ ਤਾਂ ਕਸ਼ਮੀਰੀਆਂ ਨੂੰ ਵੀ ਪਿਆਰ ਕਰੋ ਅਗਰ ਪੰਜਾਬ ਨੂੰ ਚਾਹੁੰਦੇ ਹਾਂ ਤਾਂ ਪੰਜਾਬੀਆਂ ਨੂੰ ਵੀ ਪਿਆਰ ਕਰੋ ਪੰਜਾਬ ਮੇਰੇ ਸੋਹਣੇ ਪੰਜਾਬ ਨੂੰ ਪਿਆਰ ਕਰਦੇ ਹੋ ਤਾਂ ਭਲਾ ਪੰਜਾਬੀਆਂ ਨੂੰ ਵੀ ਪਿਆਰ ਕਰੋ ਪੰਜਾਬੀਆਂ ਦੇ ਪੰਜਾਬ ਦੇ ਕਿਸਾਨਾਂ ਦੀਆਂ ਮਜ਼ਬੂਰੀਆਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਪੰਜਾਬ ਦੇ ਲੋਕਾਂ ਦੇ ਦਰਦਾਂ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਾਡੇ ਪੰਜਾਬ ਦੇ ਨੌਜਵਾਨ ਬੱਚੇ ਦਿਨ ਬਾ ਦਿਨ ਆਈਲੈਟਸ ਕਰਕੇ ਵਿਦੇਸ਼ਾਂ ਵੱਲ ਜਾ ਰਹੇ ਹਨ ਜਾਂ ਫਿਰ ਨਸ਼ਿਆਂ ਦੇ ਨਾਲ ਮਰ ਰਹੇ ਹਨ ਇਸ ਦਾ ਕੋਈ ਠੋਸ ਪ੍ਰਬੰਧ ਕਰੋ ਕੋਈ ਵੀ ਕਾਲਾ ਕਾਨੂੰਨ ਸਾਡੇ ਪੰਜਾਬੀਆਂ ਤੇ ਜਾਂ ਕਿਸਾਨ ਵੀਰਾਂ ਤੇ ਲਾਉਣ ਤੋਂ ਪਹਿਲਾਂ ਉਸ ਉੱਪਰ 100 ਵਾਰ ਵਿਚਾਰ ਕਰੋ ਐਸਾ ਕੋਈ ਵੀ ਕਾਲਾ ਕਾਨੂੰਨ ਨਾ ਪਾਸ ਕਰੋ ਜਿਸ ਕਰਕੇ ਸਾਨੂੰ ਪੰਜਾਬੀਆਂ ਨੂੰ ਦਿੱਲੀ ਦੇ ਬਾਰਡਰਾਂ ਤੇ ਜਾ ਕੇ ਧਰਨੇ ਦੇਣੇ ਪੈਣ ਇੱਕ ਸ਼ਾਇਰ ਨੇ ਆਖਿਆ ਹੈ ਉਸ ਹੰਝੂ ਤੋਂ ਬਚੋ ਜੋ ਤੁਹਾਡੇ ਦੁੱਖ ਦੇਣ ਤੇ ਕਿਸੇ ਦੀ ਅੱਖ ਦੇ ਵਿੱਚੋਂ ਨਿਕਲੇ ਉਸ ਹੰਝੂ ਦੀ ਕਦਰ ਕਰੋ ਜੋ ਤੁਹਾਡੇ ਦੁਖੀ ਹੋਣ ਤੇ ਕਿਸੇ ਦੀ ਅੱਖ ਦੇ ਵਿੱਚੋਂ ਨਿਕਲੇ ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਲਿਖੇ ਹੋਏ ਸਿਧਾਂਤ ਦੇ ਮੁਤਾਬਕ ਧਰਮ ਦੇ ਲੋਕਾਂ ਨੇ ਧਰਮ ਦੇ ਪ੍ਰਚਾਰ ਵਾਸਤੇ ਖੁੱਲ ਕੇ ਸਾਨੂੰ ਕਿਹਾ ਗਿਆ ਹੈ ਕੋਈ ਵੀ ਬੰਦਾ ਕਿਸੇ ਵੀ ਧਰਮ ਦਾ ਜਿਵੇਂ ਅਸੀਂ ਜਮਾਤ ਮੁਸਲਮਾਨਾਂ ਦੇ ਵਿੱਚ ਜਮਾਤ ਦੇ ਨਾਲ ਜੋੜਨ ਦਾ ਬਹੁਤ ਬੜਾ ਕੰਮ ਚੱਲਦਾ ਆ ਰਿਹਾ ਉਸੇ ਤਰ੍ਹਾਂ ਹੀ ਸਿੱਖ ਧਰਮ ਦੇ ਵਿੱਚ ਵੀ ਅੰਮ੍ਰਿਤ ਛਕਾਉਣ ਦਾ ਬਹੁਤ ਵੱਡਾ ਹੈ ਉੱਤਮ ਕੰਮ ਹੈ ਉਸ ਨੂੰ ਵੀ ਅਸੀਂ ਪ੍ਰੇਰਿਤ ਕਰੀਏ ਇਹੀ ਮੇਰੀਆਂ ਬੇਨਤੀਆਂ ਪ੍ਰਧਾਨ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੂੰ ਇਸ ਨਾਲ ਮੈਂ ਅੱਜ ਦੇ ਮੁੱਖ ਮਹਿਮਾਨ ਸਾਡੇ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਬੇਨਤੀ ਕਰਦਾ ਹਾਂ ਕਿ ਵੱਡੀ ਈਦ ਨਾਲ ਵਿਖੇ ਬਹੁਤ ਹੀ ਮੁੱਖ ਮੰਤਰੀ ਅਤੇ ਮੰਤਰੀ ਸਾਹਿਬ ਆ ਕੇ ਗਏ ਅਤੇ ਬਹੁਤ ਸਾਰਾ ਫੰਡ ਵੀ ਦਿੱਤੇ ਗਏ ਸੋ ਅੱਜ ਅੱਲਾਹ ਤਾਲਾ ਨੇ ਤੁਹਾਨੂੰ ਇਸ ਈਦ ਨਾਲ ਵਿਖੇ ਆਉਣ ਦਾ ਮਾਣ ਬਖਸ਼ਿਆ ਹੈ ਸੋ ਤੁਸੀਂ ਵੀ ਆਪਣੇ ਐਮਪੀ ਫੰਡ ਦੇ ਵਿੱਚੋਂ ਅਤੇ ਪਰਸਨਲ ਫੰਡ ਦੇ ਵਿੱਚੋਂ ਕੁਛ ਨਾ ਕੁਛ ਜ਼ਰੂਰ ਦੇਣਾ ਕਿਉਂਕਿ ਇੱਥੇ ਜਨਾਜ਼ਗਾਹ ਦਾ ਕੰਮ ਵੀ ਅਧੂਰਾ ਪਿਆ ਹੈ ਜਨਾਜ਼ੇ ਦੇ ਮੌਕੇ ਨਮਾਜ਼ ਕਰਨ ਸਮੇਂ ਗਰਮੀਆਂ ਦੇ ਵਿੱਚ ਨੰਗੇ ਪੈਰ ਹੋਣ ਕਰਕੇ ਗਰਮ ਫਰਸ਼ ਤੇ ਖੜਨ ਲੱਗਿਆ ਬਹੁਤ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਹੈ ਇਸੇ ਤਰ੍ਹਾਂ ਈਦਗਾਹ ਦੇ ਲਗੜੇ ਕਬਰਿਸਤਾਨ ਦੀ ਚਾਰ ਦੀਵਾਰੀ ਦਾ ਕੰਮ ਅਧੂਰਾ ਪਿਆ ਹੈ ਜਾਂ ਫਿਰ ਕਬਰਿਸਤਾਨ ਦੇ ਵਿੱਚ ਅਗਰ ਜੇਬੀਸੀ ਮਸ਼ੀਨ ਦਾ ਇੰਤਜ਼ਾਮ ਹੋ ਜਾਵੇ ਤਾਂ ਬਹੁਤ ਵਧੀਆ ਗੱਲ ਹੈ ਮਲੇਰਕੋਟਲੇ ਦੇ ਸਾਰੇ ਹਲਕੇ ਵਾਸਤੇ ਵੱਧ ਤੋਂ ਵੱਧ ਗ੍ਰਾਂਟ ਦਿੱਤੀ ਜਾਵੇ ਕਿਉਂਕਿ ਮਲੇਰਕੋਟਲੇ ਦੇ ਲੋਕਾਂ ਨੇ ਤੁਹਾਨੂੰ ਬਹੁਤ ਹੀ ਪਿਆਰ ਕਰਦੇ ਔਰ ਪਿਆਰ ਦੇ ਨਾਲ ਇੱਥੇ ਦੇ ਲੋਕਾਂ ਨੇ ਇਸ ਜਿੰਨੀ ਚੋਣ ਦੇ ਵਿੱਚ ਏਡੀ ਵੱਡੀ ਲੀਡ ਦਿੱਤੀ ਕਿ ਇਹ ਪਹਿਲਾ ਮਲੇਰਕੋਟਲਾ ਹਲਕਾ ਚਾਰ ਹਲਕਿਆਂ ਨੂੰ ਚੱਕ ਕੇ ਲੈ ਗਿਆ ਸੋ ਹੁਣ ਮੈਂ ਬੇਨਤੀ ਕਰੂੰਗਾ ਅੱਜ ਸਾਡੇ ਅੱਜ ਦੇ ਮੁੱਖ ਮਹਿਮਾਨ ਸਰਦਾਰ ਸਿਮਰਨਜੀਤ ਸਿੰਘ ਮਾਨ ਸਾਹਿਬ ਨੂੰ ਕਿ ਉਹ ਆਪਣੇ ਕੀਮਤੀ ਵਿਚਾਰ ਆਪਣੇ ਹਰਮਨ ਪਿਆਰੇ ਹਲਕੇ ਦੇ ਮਲੇਰਕੋਟਲਾ ਦੇ ਲੋਕਾਂ ਦੇ ਨਾਲ ਸਾਂਝਾ ਕਰਨ ਨਾਰੇ ਤਕਬੀਰ ਮਾਨ ਸਾਹਿਬ ਕਿ ਅੱਜ ਮੇਰੀ ਕੌਮ ਨੂੰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਇਹ ਮਸਤੀ ਕਿਹੜੀ ਹੈ ਇਹ ਸਾਰਿਆਂ ਦੇ ਸਹਿਯੋਗ ਦੇ ਨਾਲ ਬਣੀ ਹੈ ਤੇ ਇਨਸ਼ਾਅੱਲਾ ਅੱਗੇ ਵੀ ਰਹੇਗੀ ਸਾਡੀ ਕੋਈ ਮੰਗ ਨਹੀਂ ਕਮੇਟੀ ਦੀ ਕੋਈ ਮੰਗ ਨਹੀਂ ਇਸ ਕਰਕੇ ਮੈਂ ਬਹੁਤ ਹੀ ਅਗਰ ਤੁਸੀਂ ਬਗੈਰ ਮੰਗੇ ਨੂੰ ਸਾਨੂੰ ਬਹੁਤ ਕੁਛ ਦਿੱਤਾ ਹੈ ਤੁਹਾਡਾ ਆਸ਼ੀਰਵਾਦ ਤੁਹਾਡੀਆਂ ਦੁਆਵਾਂ ਸਾਡੇ ਨਾਲ ਨੇ ਇਸ ਦੇ ਨਾਲ ਹੀ ਮੈਂ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਨਿਕਲਤਾ ਹੈ ਸਵੇਰੋਂ ਸੇ ਵੀ ਪਹਿਲੇ ਮਗਰ ਹਰ ਸ਼ਾਮ ਕੋ ਢਲਤਾ ਨਹੀਂ ਹੈ ਇਹ ਸੂਰਜ ਹੈ ਅਨੋਖੀ ਸਰਜ਼ਮੀ ਕਾ ਕਿਸੀ ਕੀ ਰਾਹ ਪਰ ਚਲਤਾ ਨਹੀਂ ਹੈ ਮੈਂ ਬਹੁਤ ਹੀ ਅਦਬ ਅਤੇ ਸਤਿਕਾਰ ਦੇ ਨਾਲ ਮਾਨ ਸਾਹਿਬ ਨੂੰ ਗੁਜ਼ਾਰਿਸ਼ ਕਰਦਾ ਹਾਂ ਕਿ ਇਸ ਮੁਬਾਰਕ ਮੌਕੇ ਤੇ ਆਪਣੀ ਖੈਰਾਂ ਦਾ ਇਜ਼ਹਾਰ ਕਰੋ ਸਤਿਕਾਰਯੋਗ ਸਾਰੀ ਦੁਨੀਆ ਦੇ ਮੁਸਲਮਾਨ ਭਰਾਵਾਂ ਨੂੰ ਮੇਰਾ ਸਲਾਮ ਅਲੈਕੁਮ ਅੱਜ ਸਾਡੇ ਸਾਰਿਆਂ ਦੇ ਲਈ
बहुत बड़ा खुशियों का मौका है और असी खदान तो आस करते हैं कि इस भयानक समय के खुदा साडे नाल खड़ा होगा। जो घट गिनतियों के उत्ते जबर हो रहे हैं उसनू खुदा ते रब खत्म करनगे। जिवें कश्मीर दे विच फौज लगी हुई है उन्हां दा जमहूरियत दा हक खोया होया है, जिवें गुजरात दी बीबी बानो ये बेपति की है ते जिहड़े जालम सीगे उन्हां नूं देश दे विचों रिहा किया गया। जो 1992 दे विच मस्जिद खपड़ी मस्जिद नूं शहीद किया गया सी, असी साडी पार्टी अजे भी उसका दुख बहुत मनाती है और शायद सारिया गल्लां दा तुहानूं पता नहीं है जिहड़े भी जुड़न कश्मीर ते गुजरात ते दिल्ली दे विच होए है। बाबी मकसद जो शहीद किया गया जिहड़ी दुनिया की इस्लामिक काउंसल है उस नूं भी असी निडर होकर लिखे है कि जो जुल्म इत्थे घट गिनतियां दे उत्ते हो रहे हैं उन्हां दे बारे जो इस्लामिक काउंसल है उहदे उत्ते वड्डा विचार करे। जो हुण सुलह हो गई है शिया ते सुन्नी मुसलमानां दी असीं उहदी मुबारक दिंदे हां। इहदे नाल सानूं ताकत मिलेगी, ताकत ओह मिलेगी कि जिहड़े साडे ते जुल्म करदे हैं उहनां नूं सोच के साडे उत्ते हथ चकना पऊगा जां साडे नाल अख मनाउणी पऊगी। मैनूं तुसीं अपना मैंबर पार्लीमेंट चुने एम पी तुहाडा सेवक हुंदा, सारे तुहाडे काम करवाउंदा, जिहड़ी भी तुहानूं तकलीफ होवे तुहाडा एम पी करदा, तुहाडे इलाके दीआं छोटियां छोटियां सड़कां सी सारियां बनाउण दी ऑर्डर आ गई है और जिहड़ियां तुहाडियां बिजली दीआं तारां सी जिहदे नाल तुहाडे फ्रिज ते तुहाडियां रोज दीआं बिजली दीआं मशीनां सड़दीआं सी इह हुण 53 करोड़ रुपया खर्च करके इह सारियां तारां नवीआं लवा देणियां मलेरकोटले दीआं जिहदे नाल कदे बिजली दे विच कोई उत्ता होवे जां थुड़क होवे बिल्कुल बिजली स्थिर रहूगी और जिहड़ी चार दुआरी है इत्थों दी ओह असीं मुकम्मल करांगे। और सब तो वड्डी चीज है कि इन्ने साल हो गए है कदे भी जो नवाब शेर मुहम्मद खान ने साडे सारे लई कीता उहदी कदे भी यादगार नहीं बनाई गई। असीं हुण नक्शा बना रहे हैं ते शेर मुहम्मद साहब की यादगार अगले पार्लीमेंट इलेक्शन तो पहला असी तुहानूं देनी है। और दूसरी गल अखीर जी दस रहे
कि एमपी तोड़ा हमना सेवा दा कोई भी काम होगे तुसी उन्हें दफ्तर दे बैठ जाओ ने ना सदा रास्ता तकलीफ का कर सकते हो असी हमेशा तोड़े ना रहेंगे इन्हें शब्द के नाल आप नू ते खुदा नू मुबारक दिंदा होया फतेह अर्ज करते सलाम अलैकुम। नारे